ਪਿਛਲੇ ਦਿਨੀ ਮੋਗਾ ਦੇ ਦੁਨੇਕੇ ਦੇ ਵਿੱਚ ਦਿਨ ਦਿਹਾੜੇ ਇੱਕ ਮੈਡੀਕਲ ਹਾਲ ਦੀ ਲੁੱਟ ਕੀਤੀ ਗਈ ਸੀ, ਇੱਕ ਡਾਕਾ ਮਾਰਿਆ ਗਿਆ ਸੀ। ਤਾਂ ਤੁਹਾਨੂੰ ਦੱਸ ਦਿਆਂ ਕਿ ਪਿਛਲੇ ਦਿਨੀ ਮੋਗਾ ਦੇ ਦੁਨੇਕੇ ਦੇ ਵਿੱਚ ਇੱਕ ਪੰਜਾਬ ਮੈਡੀਕਲ ਹਾਲ ਨਾਂ ਦੀ ਦੁਕਾਨ ਆ, ਜਿਸ ਦੇ ਉੱਪਰ ਤੇਜ਼ ਧਾਰ ਹਥਿਆਰ ਲੈ ਕੇ ਚਾਰ ਲੁਟੇਰੇ ਆਉਂਦੇ ਨੇ, ਉਸ ਮੈਡੀਕਲ ਹਾਲ ਦੇ ਮਾਲਕ ਦੇ ਉੱਪਰ ਹਮਲਾ ਬੋਲ ਦਿੰਦੇ ਨੇ, ਜਿਸ ਤੋਂ ਬਾਅਦ ਕਿ ਮੈਡੀਕਲ ਦੇ ਗੱਲੇ ਦੇ ਵਿੱਚੋਂ 6,000 ਰੁਪਏ ਨਕਦ ਅਤੇ ਮਾਲਕ ਦੇ ਕੋਲੋਂ ਇੱਕ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਕਿ ਇਹ ਸਾਰੀ ਜਾਣਕਾਰੀ, ਇਸ ਦੀ ਇਤਲਾਹ ਉਸ ਮਾਲਕ ਦੇ ਵੱਲੋਂ, ਮੈਡੀਕਲ ਹਾਲ ਦੇ ਮਾਲਕ ਦੇ ਵੱਲੋਂ ਮੋਗਾ ਪੁਲਿਸ ਨੂੰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ, ਉਹਨਾਂ ਦੇ ਵੱਲੋਂ ਜਾਂਚ ਆ ਸ਼ੁਰੂ ਕੀਤੀ ਜਾਂਦੀ ਹੈ ਅਤੇ ਜੋ ਆਸ ਪਾਸ ਦੀਆਂ ਦੁਕਾਨਾਂ ਨੇ ਜਾਂ ਮੈਡੀਕਲ ਹਾਲ ਦੇ ਕੈਮਰੇ ਨੇ ਉਹ ਖੰਗਾਲੇ ਜਾਂਦੇ ਨੇ, ਜਿਸ ਤੋਂ ਬਾਅਦ ਕਿ ਅੱਜ ਵੱਡੀ ਅਪਡੇਟ ਆ ਚੁੱਕੀ ਆ ਕਿ ਜਿਨ੍ਹਾਂ ਚਾਰ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਸੀ, ਉਸ ਦੁਕਾਨ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ, ਉਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਪਰ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਂਚ ਹਲੇ ਚੱਲ ਰਹੀ ਹੈ, ਕਿਉਂਕਿ ਇਸ ਪੂਰੀ ਲੁੱਟ ਦਾ ਜੋ ਮਾਸਟਰ ਮਾਈਂਡ ਵਿਅਕਤੀ ਸੀ ਉਹ ਹਲੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ। ਤਾਂ ਤੁਹਾਨੂੰ ਦੱਸ ਦਈਏ ਕਿ ਜੋ ਚਾਰ ਲੁਟੇਰੇ ਸੀ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਲੁੱਟ ਨੂੰ ਅੰਜਾਮ ਦਿੱਤਾ ਗਿਆ, ਉਹ ਤਾਂ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਨੇ, ਜੋ ਕਿ ਜਾਣਕਾਰੀ ਪੰਜਾਬ ਮੈਡੀਕਲ ਹਾਲ ਦੇ ਮਾਲਕ ਦੇ ਵੱਲੋਂ ਦਿੱਤੀ ਗਈ ਸੀ ਕਿ ਉਸਦੇ ਮੈਡੀਕਲ ਦੇ ਵਿੱਚੋਂ ਚਾਰ ਲੁਟੇਰੇ ਆਉਂਦੇ ਨੇ, ਤੇਜ਼ ਧਾਰ ਹਥਿਆਰ ਲੈ ਕੇ 6,000 ਰੁਪਏ ਨਕਦ ਅਤੇ ਇੱਕ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ, ਆਸ ਪਾਸ ਦੇ CCTV ਕੈਮਰੇ ਖੰਗਾਲੇ ਜਾਂਦੇ ਨੇ, ਜਿਸ ਤੋਂ ਬਾਅਦ ਕਿ ਪਤਾ ਲੱਗਦਾ ਜੋ ਚਾਰ ਵਿਅਕਤੀ ਸੀ, ਚਾਰ ਲੁਟੇਰੇ ਸੀ ਜਿਨ੍ਹਾਂ ਦੇ ਵੱਲੋਂ ਲੁੱਟ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਪਰ ਹਾਲੇ ਤੱਕ ਜੋ ਇਸ ਸਾਰੀ ਲੁੱਟ ਦਾ ਜਾਂ ਪਲੈਨਿੰਗ ਦਾ ਮਾਸਟਰ ਮਾਈਂਡ ਸੀ ਉਹ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆ, ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ। ਹਾਲਾਂਕਿ ਪੁਲਿਸ ਦੇ ਵੱਲੋਂ ਜੋ ਅੱਗੇ ਜਾਂਚ ਆ ਕੀਤੀ ਜਾ ਰਹੀ ਆ, ਜੋ ਲੁਟੇਰੇ ਹੁਣ ਤੱਕ ਕਾਬੂ ਕੀਤੇ ਜਾ ਰਹੇ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਸਾਰੀ ਲੁੱਟ ਦਾ ਜਾਂ ਪੂਰੀ ਵਾਰਦਾਤ ਦਾ ਮਾਸਟਰ ਮਾਈਂਡ ਕੌਣ ਆ। ਇਹ ਸਾਰੀ ਜਾਣਕਾਰੀ ਮੋਗਾ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ। ਸਾਨੂੰ ਇੱਕ ਰਜੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਬਿਆਨ ਲਿਖਾਇਆ ਆਪਦਾ, ਵੀ ਮੈਂ ਉਹ ਸ਼ਮਸ਼ੇਰ ਖਾਨ ਉਹਦਾ ਦੋਸਤ ਹੈ, ਦੁਨੇ ਕਿ ਉਹਦੀ ਪੰਜਾਬ ਮੈਡੀਕਲ ਸਟੋਰ ਹੈ, ਉੱਥੇ ਬੈਠਾ ਸੀ ਅਤੇ ਮੇਰੀ ਕੁੱਟਮਾਰ ਹੋਈ। ਵੈਰੀਫਾਈ ਕਰਨ 'ਤੇ ਪਤਾ ਲੱਗਿਆ ਵੀ ਉਹਦੀ ਦੁਕਾਨ 'ਤੇ ਚਾਰ ਵਿਅਕਤੀ ਆਏ ਮੂੰਹ ਬੰਨ ਕੇ, ਜਿਨ੍ਹਾਂ ਕੋਲ ਕਿਰਪਾਨ, ਗੰਡਾਸੀ ਜਿਹਦੇ 'ਤੇ ਮੋਟਰਸਾਈਕਲ ਦੀ ਬਰਾਰੀ ਫਿੱਟ ਕੀਤੀ ਹੋਈ ਸੀ, ਅਤੇ ਬੇਸਬਾਲ। ਉਹ ਤਿੰਨਾਂ ਹਥਿਆਰਾਂ ਨਾਲ ਉਹਦੀ ਕੁੱਟਮਾਰ ਕੀਤੀ ਕਾਫੀ ਜ਼ਿਆਦਾ, ਅਤੇ ਉਸ ਤੋਂ ਬਾਅਦ ਗੱਲੇ 'ਚੋਂ ਪੈਸੇ 6,000 ਰੁਪਈਆ ਲੁੱਟ ਕੇ ਲੈ ਗਏ। ਬੇਸਿਕਲੀ ਉਹਨਾਂ ਨੂੰ ਇਹ ਉਮੀਦ ਸੀ ਕਿ ਇੱਥੇ 2-2.5 ਲੱਖ ਰੁਪਈਆ, ਜਿਹੜਾ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਵੀ 2-2.5 ਲੱਖ ਰੁਪਈਆ ਇੱਥੇ ਹੋਊਗਾ, ਅਤੇ ਉਹ ਇਸ ਨੀਤ ਨਾਲ ਆਏ ਸੀ। ਜਿਹੜਾ ਜਿਸ ਬੰਦੇ ਨੇ ਉਹਨੂੰ ਕਿਹਾ ਸੀ, ਵਿਜੇ ਕੁਮਾਰ, ਉਹਦਾ ਨਾਂ ਵਿਜੇ ਕੁਮਾਰ ਅਰੋੜਾ ਅਲੀਅਸ ਵਿੱਕੀ ਹੈ। ਇਹ ਸ਼ਮਸ਼ੇਰ ਅਤੇ ਵਿੱਕੀ ਦੋਨੇ ਪਹਿਲਾਂ ਕਿਤੇ ਇਕੱਠੇ ਕੰਮ ਵੀ ਕਰਦੇ ਰਹੇ ਆ, ਇਸ ਕਰਕੇ ਉਹਦੀ ਜਾਣਕਾਰੀ ਉਹਨੂੰ ਕਾਫੀ ਜ਼ਿਆਦਾ ਸੀ। ਪਰ ਬਦਕਿਸਮਤੀ ਨਾਲ ਉਹਨਾਂ ਕੋਲ ਉੱਥੇ ਉਨੇ ਪੈਸੇ ਹੈ ਨਹੀਂ ਸੀ, ਪਰ ਕੁੱਟਮਾਰ ਉਹਦੀ ਜਗ੍ਹਾ ਰਜੇਸ਼ ਕੁਮਾਰ ਦੀ ਹੋ ਗਈ। ਜਦੋਂ ਇਹ ਵਾਰਦਾਤ ਤੋਂ ਬਾਅਦ ਸਾਡੇ ਮਾਨਯੋਗ SSP ਸਾਹਿਬ ਡਾਕਟਰ ਅੰਕੁਰ ਗੁਪਤਾ ਜੀ ਨੇ ਸਾਡੀਆਂ ਟੀਮਾਂ ਬਣ ਤਿਆਰ ਕੀਤੀਆਂ। ਟੀਮਾਂ ਦੇ ਆਧਾਰ 'ਤੇ ਅਸੀਂ ਅੱਡ ਅੱਡ ਤਰੀਕੇ ਨਾਲ ਆਪਣਾ ਵੀਡੀਓ CCTV ਚੈੱਕ ਕੀਤੇ ਅਤੇ ਹੋਰ ਹਿਊਮਨ ਸੋਰਸ ਤੋਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਲਾਈ। ਉਹਦੇ ਆਧਾਰ 'ਤੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਇੱਥੇ ਚਾਰ ਬੰਦੇ ਆਏ ਸੀ ਉਹ ਸੀਗੇ ਵਿਜੇ ਕੁਮਾਰ ਏਲੀਅਸ ਕੇਲਾ ਲੰਡੇਕੇ ਦਾ, ਸੁਖਦੇਵ ਸਿੰਘ ਏਲੀਅਸ ਸਕੈਬੀ, ਇਹ ਵੀ ਤਲਵੰਡੀ ਭੰਗੇਰੀਆਂ ਦਾ, ਜਸਪ੍ਰੀਤ ਸਿੰਘ ਏਲੀਅਸ ਜੱਜੀ, ਇਹ ਵੀ ਲੰਡੇਕੇ ਦਾ, ਰਣਜੋਤ ਏਲੀਅਸ ਆਕਾਸ਼ ਏਲੀਅਸ ਭੱਲਾ, ਇਹ ਵੀ ਲੰਡੇਕਿਆਂ ਦਾ ਸੀ। ਇਹ ਤਿੰਨ ਲੰਡੇਕੇ ਦੇ, ਇੱਕ
ਤਲਵੰਡੀ ਭੰਗੇਰੀਆਂ ਦਾ ਸੀ। ਇਹਨਾਂ ਚਾਰਾਂ ਨੇ ਇੱਥੇ ਮੂੰਹ ਮੰਨ ਕੇ ਆ ਕੇ ਕੁੱਟਮਾਰ ਕੀਤੀ ਸੀ ਲੁੱਟਣ ਦੀ ਨੀਅਤ ਨਾਲ, ਜਿਨ੍ਹਾਂ 'ਚੋਂ ਦੋ ਨੂੰ ਅਸੀਂ ਮਿਤੀ 21/9/24 ਨੂੰ ਜਸਪ੍ਰੀਤ ਅਤੇ ਰਣਜੋਧ ਨੂੰ ਗ੍ਰਿਫਤਾਰ ਕੀਤਾ ਅਤੇ 22/9 ਨੂੰ ਵਿਜੇ ਕੁਮਾਰ ਅਤੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ। ਜਿਹੜਾ ਪੰਜਵਾਂ ਵਿਅਕਤੀ ਇਸ ਸਾਰੀ ਸਾਜਿਸ਼ ਦਾ ਜਿਹਨੇ ਘੜੀ ਹੈ ਵਿਜੇ ਕੁਮਾਰ, ਉਹ ਹਜੇ ਫਰਾਰ ਹੈ ਅਤੇ ਉਹਦੇ ਲਈ ਅਸੀਂ ਆਪੋ ਆਪਣੀਆਂ ਟੀਮਾਂ ਜਿਹੜੀਆਂ ਉਹਦੇ ਮਗਰ ਹੈ, ਜਲਦੀ ਇਹਨੂੰ ਗ੍ਰਿਫਤਾਰ ਕਰ। ਗੱਲੇ 'ਚੋਂ 6000 ਰੁਪਈਆ ਸੀ ਅਤੇ ਇੱਕ ਮੋਬਾਈਲ ਫੋਨ ਸੀ। ਮੋਬਾਈਲ ਫੋਨ ਉਹਨਾਂ ਇਸ ਡਰ ਤੋਂ ਵੀ ਸਾਡੀ ਲੋਕੇਸ਼ਨ ਨਾ ਇਹਤੋਂ ਟਰੇਸ ਹੋ ਜਾਏ, ਉਹਨਾਂ ਨੇ ਤੋੜ ਕੇ ਜੀਰਾ ਰੋਡ ਤੋਂ ਜਿਹੜੀ ਲੁਹਾਰਾ ਰੋਡ ਦੇ ਵਿਚਾਲੇ ਨਹਿਰ ਹੈ ਉੱਥੇ ਕਿਤੇ ਤੋੜ ਭੰਨ ਕਰਕੇ ਸਿੱਟਤਾ ਅਤੇ ਉੱਥੋਂ ਹੀ ਸਾਨੂੰ ਤਲਵਾਰ ਗੰਡਾਸੀ ਬਰਾਮਦ ਹੋਈ ਹੈ। ਜਿਹੜਾ ਤੀਜਾ ਬੇਸਬਾਲ ਸੀ ਉਹ ਉੱਥੇ ਦੁਕਾਨ 'ਚ ਹੀ ਟੁੱਟ ਗਿਆ ਸੀ ਅਤੇ ਉੱਥੇ ਹੀ ਸਿੱਟ ਗਏ ਸੀ, ਉਹ ਸਾਨੂੰ ਉੱਥੇ ਬਰਾਮਦ ਹੋ ਗਿਆ। ਬੈਕਗ੍ਰਾਊਂਡ ਇਹਨਾਂ 'ਤੇ ਕੋਈ ਮੁਕੱਦਮਾ ਫਿਲਹਾਲ ਨਹੀਂ ਦਰਜ ਹੈਗਾ। ਇਹ ਪਹਿਲੀ ਵਾਰ ਜਿਹੜਾ ਵਿਜੇ ਕੁਮਾਰ ਏਲੀਅਸ ਵਿੱਕੀ ਦੇ ਝਾਂਸੇ 'ਚ ਆ ਕੇ ਵੀ ਇੱਥੇ 2-2.5 ਲੱਖ ਹੋਊਗਾ ਅਤੇ ਉਹਦੇ ਲਾਲਚ 'ਚ ਇਹਨਾਂ ਨੇ ਉੱਥੇ ਵਾਰਦਾਤ ਕੀਤੀ। ਜੀ ਟੋਟਲ 3 ਦਿਨ ਦਾ ਰਿਮਾਂਡ ਆ। ਸਰ ਇਹਨਾਂ ਨੇ ਜਿਹੜੀ ਲੁੱਟ ਕੀਤੀ ਸੀਗੀ ਉੱਥੇ ਮੈਡੀਕਲ ਸਟੋਰ ਤੇ ਚਾਰਾਂ ਜਾਣੇ ਨੇ, ਜਿਹੜਾ ਪੰਜਵਾਂ ਵਿਜੇ ਔਰ ਤੋਂ ਵਿੱਕੀ ਸੀ, ਇਹ ਆਪਸ 'ਚ ਪੰਜਾਂ ਨੇ ਸ਼ੇਅਰ ਕਰਕੇ ਪੈਸੇ ਖਰਚ ਕੀਤੇ ਕਿ ਇਹਨਾਂ ਚਾਰਾਂ ਨੇ ਖਰਚ ਕੀਤੇ? 6000 ਰੁਪਈਆ ਸੀ ਉਹ ਇਹਨਾਂ ਚਾਰਾਂ ਕੋਲ ਸੀ, ਹਜੇ 5 ਤੱਕ ਤਾਂ ਪਹੁੰਚੇ ਨਹੀਂ, ਉਦੋਂ ਪਹਿਲਾਂ ਅਸੀਂ ਗ੍ਰਿਫਤਾਰ ਕਰ ਲਏ, ਉਹ ਇਹਨਾਂ ਨੇ ਉਦੋਂ ਖਰਚ ਖੁਰਚ ਲਏ।